ਅਸੀਂ ਤੁਸੀਂ ਦੇਖ ਰਹੇ ਹੋ ਲੋਕਲ ਜਿਹੜੇ ਸਿੰਘੂ ਦੇ ਸਾਡੇ ਵੀਰ ਭਰਾ ਰਹੇ ਉਹਨਾਂ ਨੇ ਕਿਵੇਂ ਸਾਡਾ ਤੁਰਨ ਲੱਗਿਆ ਸਨਮਾਨਿਤ ਕੀਤਾ ਬੜਾ ਭਾਵਕ ਮਾਹੌਲ ਹੈ ਜੀ ਅਸੀਂ ਇੱਥੋਂ ਤੁਰਨ ਲੱਗੇ ਹਾਂ ਸਾਡਾ ਸਨਮਾਨਿਤ ਕਿਵੇਂ ਕਰ ਰਿਹਾ ਜਿਹੜੇ ਲੋਕਲ ਲੋਕ ਇੱਥੋਂ ਦੇ ਆ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰ ਦਿਓ ਜੀ ਸਿੰਘੂ ਬਾਰਡਰ ਦੇ ਨਜ਼ਦੀਕ ਜਿਹੜੇ ਇੱਥੋਂ ਦੇ ਲੋਕਲ ਲੋਕ ਨੇ ਕਿਵੇਂ ਖੁਸ਼ੀ ਮਨਾ ਰਹੇ ਨੇ ਕਿਵੇਂ ਸਾਨੂੰ ਵਧਾਈਗੀ ਦੇ ਰਹੇ ਨੇ ਖੁਸ਼ੀ ਨਾਲ ਜੀ ਦੇਖ ਰਹੇ ਹੋ ਸਾਰੀਆਂ ਲਾਈਵ ਤਸਵੀਰਾਂ ਸਿੱਧੀਆਂ ਲੋਕਲ ਲੋਕਾਂ ਦੀ ਭਾਵਨਾ ਤੁਸੀਂ ਦੇਖ ਸਕਦੇ ਹੋ ਕਿਵੇਂ ਫੁੱਲਾਂ ਦੇ ਹਾਰ ਪਾ ਕੇ ਸਾਡੇ ਆਗੂਆਂ ਨੂੰ ਸਨਮਾਨਿਤ ਕਰ ਰਹੇ ਨੇ ਇਹ ਉਹੀ ਲੋਕਲ ਲੋਕ ਨੇ ਜਿਨ੍ਹਾਂ ਨੂੰ ਬਦਨਾਮ ਕਿਤੇ ਕੀਤਾ ਜਾ ਰਿਹਾ ਸੀ ਨੈਸ਼ਨਲ ਮੀਡੀਆ ਵੱਲੋਂ ਕਿ ਲੋਕਲ ਲੋਕ ਬਹੁਤ ਤੰਗ ਪਰੇਸ਼ਾਨ ਨੇ ਪਰ ਅੱਜ ਉਹਨਾਂ ਨੇ ਇੱਥੇ ਦਿਖਾ ਦਿੱਤਾ ਵੀ ਉਹਨਾਂ ਨੇ ਕਿਵੇਂ ਇਸ ਅੰਦੋਲਨ ਦਾ ਸਾਥ ਦਿੱਤਾ ਫੁੱਲਾਂ ਦੀ ਵਰਖਾ ਕਰਦੇ ਹੋਏ ਲੋਕਲ ਲੋਕ ਸਾਡੇ ਸਿੰਘੂ ਬਾਰਡਰ ਦੇ ਰਵਾਨਗੀ ਟਾਈਮ ਹੈ ਇਸ ਵੇਲੇ ਤੁਸੀਂ ਦੇਖ ਰਹੇ ਹੋ ਮਾਹੌਲ ਬੜਾ ਭਾਵਕ ਹੈ ਤੁਸੀਂ ਦੇਖ ਸਕਦੇ ਹੋ ਲੋਕਲ ਲੋਕਾਂ ਵੱਲੋਂ ਕਿਵੇਂ ਸਵਾਗਤ ਕੀਤਾ ਜਾ ਰਿਹਾ ਹੈ ਗਲਾਂ 'ਚ ਹਾਰ ਪਾ ਕੇ ਸਰੋਪਾਓ ਦੇ ਕੇ ਲੋਕਲ ਲੋਕ ਜਿਹੜੇ ਸਾਡੇ ਲੋਕਲ ਲੋਕ ਇੱਥੋਂ ਦਿੱਲੀ ਦੇ ਕਿਵੇਂ ਸਨਮਾਨਿਤ ਕਰ ਰਹੇ ਨੇ ਸਿੰਘੂ ਬਾਰਡਰ ਤੋਂ ਲਾਈਵ ਤਸਵੀਰਾਂ ਦੇਖ ਰਹੇ ਹੋ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇਸ ਵੀਡੀਓ ਨੂੰ ਜੀ ਪ੍ਰਤੀਕਰਮ ਨੇ ਅੱਜ ਜੇ ਜਿੱਤ ਹੋਈ ਆ ਤੇ ਪੂਰੇ ਵਿਸ਼ਵ ਦੀ ਜਿੱਤ ਆ ਪੂਰੇ ਭਾਰਤ ਦੀ ਜਿੱਤ ਆ ਭਾਰਤੀ ਭਾਈਚਾਰਿਆਂ ਦੀ ਜਿੱਤ ਵਾ ਜਿਨ੍ਹਾਂ ਨੇ ਸਹਿਯੋਗ ਕੀਤਾ ਵਾ ਕਿਉਂਕਿ ਨਰੇਲਾ ਨੂੰ ਖਾਸ ਕਰਕੇ ਟਾਰਗੇਟ ਬਣਾਉਂਦੀ ਇੱਥੋਂ ਦੀ ਸਰਕਾਰ ਵੀ ਨਰੇਲੇ ਵਾਲੇ ਬਹੁਤ ਦੁਖੀ ਆ ਪਰ ਜਿਸ ਤਰੀਕੇ ਦਾ ਮਤਲਬ ਮਾਣ ਸਨਮਾਨ 13 ਮਹੀਨੇ ਨਰੇਲੇ ਦੀ ਸੰਗਤ ਨੇ ਦਿੱਤਾ ਵਾ ਉਹ ਆਪਣੇ ਆਪ ਦੇ ਵਿੱਚ ਕਮਿਸਾਲ ਵਾ ਸੋ ਇਹ ਚੜ੍ਹਦੀ ਕਲਾ ਦਾ ਅੰਦੋਲਨ ਸੀ ਜਿਹੜਾ ਪੂਰੇ ਭਾਰਤ ਦੇ ਏਕੇ ਸਤਕਾਰ ਜਿੱਤਿਆ ਗਿਆ ਵਾ ਇਹ ਕਿਸੇ ਵਿਅਕਤੀ ਵਿਸ਼ੇਸ਼ ਨਾਲ ਨਹੀਂ ਬੱਝਦਾ ਇਹ ਗੁਰੂ ਨਾਨਕ ਦੀ ਸੋਚ ਨਾਲ ਬੱਝਦਾ ਵਾ ਸਭੇ ਸਾਂਝੀ ਵਾਰਸ ਦੇਣ ਤੂੰ ਕਿਸੇ ਨਾਲ ਦਿੱਸੇ ਬਾਹਰ ਆ ਜੀਓ ਉਹਨਾਂ ਦੀ ਸੋਚ ਨੂੰ ਸਮਰਪਿਤ ਇਹ ਅੰਦੋਲਨ ਹੈ ਜੀ ਸੋ ਵੱਧ ਤੋਂ ਵੱਧ ਚੱਲ ਲਾਈਵ ਨੂੰ ਸ਼ੇਅਰ ਕਰ ਦਿਓ ਜੀ ਇਹ ਯਾਦਾਂ ਹੀ ਨੇ ਜੋ ਅਸੀਂ ਪਰੋ ਕੇ ਲੈ ਚੱਲੇ ਹਾਂ ਇਹ ਸਾਡੇ ਕੋਲ ਯਾਦਾਂ ਰਹਿਣਗੀਆਂ ਤਮਾਮ ਉਮਰੇ ਯਾਦਾਂ ਅਸੀਂ ਯਾਦ ਕਰਕੇ ਦੇਖਿਆ ਕਰਾਂਗੇ ਇਹਨਾਂ ਜਦੋਂ ਕਿਤੇ ਆਉਣ ਵਾਲੇ ਸਮੇਂ ਜਦੋਂ ਦਿੱਲੀ ਅੰਦੋਲਨ 'ਚ ਆਇਆ ਕਰਾਂਗੇ ਇੱਥੇ ਕਿਹਾ ਕਰਾਂਗੇ ਭਾਈ ਸਾਡਾ ਟੈਂਟ ਇੱਥੇ ਅਸੀਂ ਕੋਈ ਨਹੀਂ ਭਾਈ ਥੋੜ੍ਹਾ ਅੱਗੇ ਸੀਗਾ ਸੋ ਇਹ ਯਾਦਾਂ ਅਸੀਂ ਲੈ ਕੇ ਚੱਲੇ ਹਾਂ ਮਾਹੌਲ ਖੁਸ਼ੀ ਦਾ ਵੀ ਹੈ ਅਤੇ ਮਾਹੌਲ ਥੋੜ੍ਹਾ ਜਿਹਾ ਭਾਵੁਕ ਵੀ ਹੈ ਤੁਸੀਂ ਦੇਖ ਸਕਦੇ ਹੋ ਸਾਰਿਆਂ ਦੇ ਚਿਹਰੇ ਪੜ੍ਹ ਸਕਦੇ ਹੋ ਜਕਾਰਿਆਂ ਦੀ ਗੂੰਜ ਵਿੱਚ ਦਿੱਲੀ ਤੋਂ ਅਸੀਂ ਰਵਾਨਾ ਹੋਣ ਜਾ ਰਹੇ ਹਾਂ ਜੀ ਸਾਡੇ ਨਾਲ ਲੋਕਲ ਭੈਣਾਂ ਮਾਤਾਵਾਂ ਵੀ ਹੈਗੀਆਂ ਠੀਕ ਹੈ ਜੀ ਅੱਛਾ ਤੁਸੀਂ ਇਸ ਲੋਕਲ ਹੀ ਹੋ ਜੀ ਪਹਿਲਾਂ ਵੀ ਆਉਂਦੇ ਰਹੇ ਅੰਦੋਲਨ ਜੀ ਤੁਸੀਂ ਅੱਛਾ ਅੱਜ ਅਸੀਂ ਜਾ ਰਹੇ ਤੁਹਾਨੂੰ ਛੱਡ ਕੇ ਕਿੱਦਾਂ ਦਾ ਮਾਹੌਲ ਹੈ ਅੱਛਾ ਠੀਕ ਹੈ ਚਲੋ ਤੁਸੀਂ ਦੇਖ ਸਕਦੇ ਹੋ ਭਾਵਕ ਹੋ ਰਹੇ ਨੇ ਇੱਥੇ ਲੋਕ ਛੱਡ ਕੇ ਜਾ ਰਹੇ ਅਸੀਂ ਇਹਨਾਂ ਨੂੰ ਫਿਰ ਕਦੋਂ ਨਹੀਂ ਸਵਾਬੀ ਕਦੋਂ ਮਿਲ ਹੋਣਗੇ ਇਹਨਾਂ ਨਾਲ मैं सरवण सिंह बंदेर किसान मजदूर संगठन का सूबा जनरल सेक्रेटरी बोल रहा हूँ आप देख सकते हैं आप सिंघू बॉर्डर हम जो दिल्ली के अंदर फुटेज 2 थी वहाँ इस स्टेज को आप वापसी हो रही है हम पहले बगला साहब गए थे बगला से गुरु का शुक्राना करने के बाद ये सारे हरियाणा वाले हैं थोड़ा कैमरा मैन का दिखा दे दो सारे हरियाणा वाले हैं और जो हमारे बारे में कहा जाता था भी ये हरियाणा वाले पूरे लोकल लोग हमारे साथ हैं कुंडली दिल्ली के लोग और वो स्वागत करने आए हैं तो आज हम वापसी जो है फतेह मार्च शुरू कर रहे हैं हरियाणा पूरा जाएंगे और शाम को सरहान फतेहगढ़ साहब रुकेंगे और 14 को पंजाब को फतेह मार्च होगा हम सभी दिल्ली वासियों का हरियाणा वासियों का धन्यवाद करते हैं पूरी देश दुनिया के समर्थन से ये दुनिया का बड़ा आंदोलन जीता गया जो चीजें रह गई वो आगे जीतेंगे जो जिन हमारे शहीदों ने शहादत दी है सभी को हम श्रद्धांजलि भेंट करते हैं कि उनकी शहादतों की वजह से आंदोलन जीता गया धन्यवाद।